ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਡੀਆ 'ਤੇ ਇੱਕ ਚਰਚਾ ਕਈ ਦਿਨਾਂ ਤੋਂ ਛਿੜੀ ਹੋਈ ਹੈ, ਮੁਕੇਸ਼ ਅੰਬਾਨੀ ਦੇ ਮੁੰਡੇ ਦਾ ਵਿਆਹ ਅਤੇ ਇੱਕ ਵਿਆਹ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ। ਸਾਮ ਸਿੰਘ ਅਟਾਰੀ ਦੀ ਬੇਟੀ ਬੀਬੀ ਨਾਨਕੀ ਦੇ ਨਾਲ 7 ਮਾਰਚ 1837 ਨੂੰ ਇਹ ਚਰਚਾ ਛਿੜੀ ਹੋਈ ਹੈ। ਕੁਝ ਲੋਕ ਤੁਲਨਾ ਕਰਦੇ ਨੇ, ਕੁਝ ਕਹਿੰਦੇ ਨੇ ਜਿਹੜਾ ਨੌਨਿਹਾਲ ਸਿੰਘ ਦਾ ਵਿਆਹ ਹੋਇਆ ਉਹ ਇੱਕ ਰਾਜ ਘਰਾਣੇ ਵਿੱਚੋਂ ਹੋਇਆ, ਉਹ ਦਾਨੀ ਪੁਰਸ਼ ਸੀ, ਇਹੋ ਜਿਹੀਆਂ ਗੱਲਾਂ ਬਾਤਾਂ ਕਰ ਰਹੇ ਨੇ। ਮੈਂ ਥੋੜ੍ਹੀ ਜਿਹੀ ਗੱਲਬਾਤ ਕਰਨੀ ਹੈ, ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ। ਸਭ ਤੋਂ ਪਹਿਲਾਂ ਤਾਂ ਇਤਿਹਾਸ ਦੀਆਂ ਜਾਂ ਇਤਿਹਾਸ ਲਿਖਣ ਵਾਲਿਆਂ ਨੇ ਇਹ ਬਹੁਤ ਵੱਡੀਆਂ ਗੱਪਾਂ ਮਾਰੀਆਂ ਨੇ। ਉਹ ਵਿਆਹ ਦੇ ਵਿੱਚ ਪਤਾ ਕੀ ਕਿਹਾ ਗਿਆ, ਕਹਿੰਦੇ 60 ਮੁਲਕਾਂ ਦੇ ਲੋਕ ਆਏ ਸੀ ਅਤੇ 50 ਲੱਖ ਦਾ ਇਕੱਠ ਸੀ, 17 ਲੱਖ ਰੁਪਈਆ ਸ਼ਾਮ ਸਿੰਘ ਅਟਾਰੀ ਨੇ ਉਸ ਵਿਆਹ 'ਤੇ ਲਾਇਆ ਸੀ, ਖਰਚ ਕੀਤਾ ਸੀ। 2 ਕਰੋੜ ਦੀਆਂ ਸੋਨੇ ਦੀਆਂ ਮੋਹਰਾਂ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ 'ਤੇ ਸਿੱਟੀਆਂ ਕਹਿ ਲਈਏ, ਵੰਡੀਆਂ ਕਹਿ ਲਈਏ, ਵਧਾਈਆਂ ਕਹਿ ਲਈਏ, 2 ਕਰੋੜ ਦੀਆਂ ਮੋਹਰਾਂ ਦੀ ਗੱਲ ਕਰਦੇ ਆ। ਫਿਰ ਜਿਹੜਾ ਸ਼ੇਰਾ ਕੰਵਰ ਨੌਨਿਹਾਲ ਸਿੰਘ ਦੇ ਸਜਾਇਆ ਸੀ ਉਹ ਹੀਰਿਆਂ ਨਾਲ ਜੜਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਦਰਬਾਰ ਸਾਹਿਬ ਗੁਰੂ ਸਾਹਿਬ ਅੱਗੇ ਉਹ ਭੇਟ ਕੀਤਾ। ਇਹੋ ਜਿਹੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਦੂਜੀ ਗੱਲ, ਮੁਕੇਸ਼ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਗੱਲ, ਉਹਦੇ ਵੀ 1000 ਕਰੋੜਾਂ ਦਾ ਖਰਚਾ ਹੋ ਰਿਹਾ। ਜਿਹੜੇ ਸਾਡੇ ਅੱਜ ਵਿਦਵਾਨ ਨੇ ਕੰਪੇਅਰ ਕਰਦੇ ਨੇ ਉਹ ਵਿਆਹ ਦੇ ਨਾਲ ਅਤੇ ਇਹ ਵਿਆਹ ਦੇ ਨਾਲ, ਜਾਣੀ ਕਿ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਨਾਲ ਅਤੇ ਮੁਕੇਸ਼ ਅੰਬਾਨੀ ਦੇ ਮੁੰਡੇ ਨਾਲ। ਕਹਿੰਦੇ ਜੀ ਜਿਹੜਾ ਉਹ ਖਰਚਾ ਸੀ ਨਾ ਉਹ ਤਾਂ ਬਹੁਤ ਜ਼ਿਆਦਾ ਸੀ, ਹੁਣ ਦੇ ਹਿਸਾਬ ਨਾਲ ਕਹਿੰਦੇ ਉਹ ਇੰਨਾ ਪੈਸਾ ਲੱਗਾ ਸੀ ਕੋਈ ਗਿਣਤੀ ਨਹੀਂ ਕਰ ਸਕਦਾ। ਜਾਣੀ ਕਿ ਬਹੁਤ ਵੱਡਾ ਵਿਆਹ ਸੀ ਉਹ ਸਿੱਖ ਰਾਜ ਦੇ ਵਿੱਚ, ਇਹ ਤੁਲਨਾ ਕਰਦੇ। ਅਤੇ ਕੁਝ ਲੋਕ ਇਹ ਕਹਿੰਦੇ ਆ ਕਿ ਮੁਕੇਸ਼ ਅੰਬਾਨੀ ਜਿਹੜਾ ਹੈ ਉਹਨੇ ਗਰੀਬਾਂ ਦਾ ਖੂਨ ਚੂਸਿਆ ਹੋਇਆ, ਗਲ ਵਿੱਚ ਗੂਠਾ ਦੇ ਕੇ ਇਹ ਇੰਨਾ ਪੈਸਾ ਕਮਾਇਆ ਹੋਇਆ। ਉਹਦਾ ਇੱਕ ਬਿਜ਼ਨਸ ਹੈ, ਉਹ ਬਿਜ਼ਨਸ ਕੋਈ ਵੀ ਕਰ ਸਕਦਾ, ਉਹ ਬਿਜ਼ਨਸ ਵਾਸਤੇ ਅਕਲ ਚਾਹੀਦੀ ਹੈ। ਮੈਂ ਇੱਕ ਬੇਨਤੀ ਕਰ ਦਿੰਦਾ, ਬਿਜ਼ਨਸ ਦੇ ਵਿੱਚ ਦਿਮਾਗ ਚੱਲਦਾ, ਹੇਰਾ ਫੇਰੀ ਨਹੀਂ ਚੱਲਦੀ। ਜਿਹੜੇ ਬਿਜ਼ਨਸ ਕਰਦੇ ਨੇ ਨਾ ਉਹਨਾਂ ਲੋਕਾਂ ਨੂੰ ਪਤਾ ਹੈ। ਮੈਂ ਕੁਝ ਗੱਲਾਂ ਕਰਨੀਆਂ ਨੇ, ਇਹ ਕੌੜਾ ਸੱਚ ਹੈ। ਜਦੋਂ ਤੁਸੀਂ ਸਿੱਖ ਰਾਜ ਦੀ ਗੱਲ ਕਰਦੇ ਹੋ ਨਾ, 40 ਸਾਲ ਦਾ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਨੇ ਜੋ ਕੀਤਾ,
ਉਦੋਂ ਬਾਅਦ ਅੰਗਰੇਜ਼ ਆਏ, 100 ਸਾਲ ਤੋਂ ਵੱਧ, ਜਾਣੀ ਕਿ 101 ਸਾਲ ਦੀ ਗੱਲ ਜੇ ਕਰੀਏ ਤਾਂ ਅੰਗਰੇਜ਼ਾਂ ਨੇ ਰਾਜ ਕੀਤਾ। ਅੰਗਰੇਜ਼ਾਂ ਨੇ ਜਿਹੜਾ ਰਾਜ ਕੀਤਾ ਹੈ ਦਿਮਾਗ ਦੇ ਨਾਲ, ਬਹੁਤ ਵੱਡੀਆਂ ਵੱਡੀਆਂ ਪੋਲਿਸੀਆਂ ਉਹ ਲੈ ਕੇ ਆਏ। ਇੱਥੇ ਰਾਜ ਕਰਨਾ ਕਿਤੇ ਸੌਖਾ ਨਹੀਂ ਸੀ। ਪਰ ਜੇ ਤੁਸੀਂ ਇਹਨਾਂ ਵਿਆਹਾਂ ਦੀ ਗੱਲ ਕਰਦੇ ਹੋ, ਪਹਿਲਾਂ ਤੁਸੀਂ ਮਿਸਲਾਂ ਦੀ ਗੱਲ ਕਰ ਲਓ, ਇਹ ਆਪਸ ਵਿੱਚ ਲੜਦੇ ਰਹੇ। ਚਲੋ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉਹਨੂੰ ਸਿੱਖ ਰਾਜ ਕਿਹਾ ਜਾਂਦਾ, ਆਪਾਂ ਮੰਨਦੇ ਹਾਂ। ਇਹ ਗੱਲ ਚੇਤੇ ਰੱਖਿਓ, ਮਹਾਰਾਜਾ ਰਣਜੀਤ ਸਿੰਘ ਰਾਜ ਗੱਦੀ 'ਤੇ ਬੈਠਾ ਹੋਇਆ ਆਪਣੇ ਕਾਰਜਕਾਲ ਵਿੱਚ ਇੱਕ ਵੀ ਵਧੀਆ ਲੀਡਰ ਨਹੀਂ ਪੈਦਾ ਕਰ ਸਕਿਆ। ਇਹ ਸੱਚਾਈ ਹੈ। ਜਦੋਂ ਮਹਾਰਾਜਾ ਸਿੰਘ ਦੀ ਮੌਤ ਹੁੰਦੀ ਹੈ ਨਾ, ਰਾਜ ਦਾ ਪਤਨ ਹੁੰਦਾ, ਇਹ ਕਹਿ ਸਕਦੇ ਹੋ ਕਿ ਰਾਜ ਗੱਦੀ 'ਤੇ ਬੈਠਣ ਵਾਸਤੇ ਉਹਦੇ ਘਰ ਦੇ ਵਿੱਚ ਵੀ ਕਤਲੇਆਮ ਸ਼ੁਰੂ ਹੋ ਗਿਆ ਸੀ। ਇਤਿਹਾਸ ਪੜ੍ਹ ਕੇ ਦੇਖ ਲਿਓ ਕਿੱਡੀਆਂ ਕਿੱਡੀਆਂ ਕੋਝੀਆਂ ਚਾਲਾਂ ਦੇ ਨਾਲ ਰਾਜ ਕਰਨ ਦੀ ਕੋਸ਼ਿਸ਼ ਉਹਦੇ ਆਪਣੇ ਪਰਿਵਾਰ ਨੇ ਕੀਤੀ, ਇੱਕ ਦੂਜੇ ਨੂੰ ਕਿੱਦਾਂ ਕਤਲ ਕੀਤਾ, ਇਹ ਇਤਿਹਾਸ ਪੜ੍ਹ ਕੇ ਦੇਖ ਲਓ। ਮੈਂ ਇੰਨਾ ਲੰਬਾ ਚੌੜਾ ਬੋਲ ਨਹੀਂ ਸਕਦਾ ਇਹ ਵੀਡੀਓ ਦੇ ਵਿੱਚ। ਜਿਹੜੇ ਤੁਸੀਂ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੀ ਗੱਲ ਕਰਦੇ ਹੋ ਨਾ, ਸ਼ਾਮ ਸਿੰਘ ਅਟਾਰੀ ਵਾਲੇ ਦੀ ਬੇਟੀ ਬੀਬੀ ਨਾਨਕੀ ਦੇ ਵਿਆਹ ਦੀ ਗੱਲ ਕਰਦੇ ਹੋ, ਜੇ ਇਹ ਇਤਿਹਾਸਕਾਰਾਂ ਨੇ ਸੱਚ ਲਿਖਿਆ, ਵਾਕਈ ਸੱਚ ਸੀ, ਤਾਂ ਇਹ ਸਮਝ ਲਓ ਕਿ ਇਹ ਸਿੱਖ ਰਾਜ ਦਾ ਪਤਨ ਹੋਇਆ ਇਹਨਾਂ ਫੁਕਰੀਆਂ ਕਰਕੇ। ਸਿੱਖ ਰਾਜ ਦਾ ਪਤਨ ਹੋਇਆ। ਦੋ ਗੱਲਾਂ ਦੱਸੋ, ਮਹਾਰਾਜੀਤ ਸਿੰਘ ਅੰਮ੍ਰਿਤਧਾਰੀ ਸੀ, ਸ਼ਾਮ ਸਿੰਘ ਅਟਾਰੀ ਵਾਲਾ ਅੰਮ੍ਰਿਤਧਾਰੀ ਸੀ। ਇਹ ਸੁਣਿਓ ਧਿਆਨ ਦੇ ਨਾਲ, ਜੇ ਅੰਮ੍ਰਿਤਧਾਰੀ ਸੀ ਤਾਂ ਉਹਨਾਂ ਵਿਆਹਾਂ ਦੇ ਵਿੱਚ ਸ਼ਰਾਬਾਂ ਚੱਲੀਆਂ ਨੇ, ਕੀ ਅਲਾਓ ਕਰਦੇ ਹੋ ਕਿ ਸ਼ਰਾਬਾਂ ਚੱਲਣ? ਕਰਦੇ ਹੋ ਅਲਾਓ? ਅੱਜ ਵੀ ਸਾਡੇ ਸਿੱਖ ਪਰਿਵਾਰਾਂ ਦੇ ਵਿਆਹਾਂ ਵਿੱਚ ਸ਼ਰਾਬਾਂ ਚੱਲਦੀਆਂ ਨੇ। ਜੇ ਐਡੇ ਐਡੇ ਵਿਆਹ ਉਸ ਵਕਤ ਹੋਏ ਦੇ ਨਾ, ਤਾਂ ਇਹ ਸਿੱਖ ਰਾਜ ਦਾ ਪਤਨ ਹੋਇਆ। ਇਹ ਬੜਾ ਕੌੜਾ ਸੱਚ ਹੈ। ਮਹਾਰਣਜੀਤ ਸਿੰਘ ਦਾ ਜੀਵਨ ਪੜ੍ਹ ਕੇ ਦੇਖ ਲਓ, ਕਿੰਨੇ ਕਿੰਨੇ ਵਿਆਹ ਉਹਦੇ, ਜੇ ਇਤਿਹਾਸਕਾਰ ਸੱਚ ਲਿਖਦੇ ਨੇ, ਦਿਖਾਏ ਗਏ, ਕਿੰਨੀਆਂ ਗੋਲੀਆਂ ਰਖੇਲਾਂ ਤੱਕ ਰੱਖੀਆਂ ਹੋਈਆਂ। ਸ਼ਾਮ ਸਿੰਘ ਅਟਾਰੀ ਵਾਲੇ ਦਾ ਵੀ ਇਹ ਹਾਲ ਸੀ। ਉਸ ਵਕਤ ਸਿੱਖ ਰਾਜ ਦਾ ਪਤਨ ਹੋਇਆ ਜਿਹੋ ਜਿਹੀਆਂ ਕਰਤੂਤਾਂ ਉਹਨਾਂ ਨੇ ਕੀਤੀਆਂ ਸੀ। ਇਹ ਬੜਾ ਕੌੜਾ ਸੱਚ ਹੈ। ਤੁਸੀਂ 8-9 ਸਾਲ ਪਿੱਛੇ ਚੱਲ ਜਾਓ, ਹੁਣ ਦੀ ਗੱਲ ਕਰਦਾ ਮੈਂ। ਬਾਦਲਾਂ ਨੇ ਕੀ ਕੀਤਾ ਸੀਗਾ? ਕਬੱਡੀ ਕੱਪ ਕਰਵਾਇਆ ਸੀ ਨਾ, ਕਿਤੇ ਸ਼ਾਹਰੁਖ ਖਾਨ ਨੂੰ ਬੁਲਾ ਲਿਆ, ਕਿਤੇ ਰਿੰਕਾ ਚੋਪੜਾ ਨੂੰ ਬੁਲਾ ਲਿਆ। ਕਿੰਨੇ ਕਿੰਨੇ ਪੈਸੇ? 5-5 ਕਰੋੜ, 6-6 ਕਰੋੜ ਦਿੱਤਾ ਉਹਨਾਂ ਨੂੰ। ਜਦੋਂ ਕਹਿੰਦੇ ਸੀ ਕਬੱਡੀ ਕਰੋੜਾਂ ਦੀ ਹੋ ਗਈ, ਕਰਵਾਇਆ ਨਾ। ਬਾਦਲ 5 ਵਾਰੀ ਮੁੱਖ ਮੰਤਰੀ ਬਣ ਗਿਆ ਪੰਜਾਬ ਦਾ। ਉਹ ਇੱਕ ਵੀ ਲੀਡਰ ਆਪਣੇ ਪਰਿਵਾਰ ਵਿੱਚੋਂ ਪੈਦਾ ਨਹੀਂ ਕਰ ਸਕਿਆ। ਆ ਸਰੀਰ ਵਰਗੇ ਬਿਲਕਦੇ ਫਿਰਦੇ ਆ। 8 ਸਾਲ ਹੋ ਗਏ,
ਪੰਜਾਬ ਦੀ ਸੱਤਾ ਬਾਦਲਾਂ ਦੇ ਕੋਲੋਂ ਚਲੀ ਗਈ। ਇਹ ਵੀ ਇਹੀ ਨਾਰਾ ਮਾਰਦੇ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਬਾਦਲਾਂ ਵੇਲੇ, ਇਹ ਫੁਕਰੀਆਂ ਮਾਰਦੇ ਰਹੇ ਨੇ। ਇਹਨਾਂ ਦੇ ਪਤਨ ਦਾ ਕਾਰਨ, ਰਾਜ ਦਾ ਪਤਨ ਕਿੱਦਾਂ ਹੋਇਆ ਇਹਨਾਂ ਦਾ ਵੀ, ਇਹ ਆਜ਼ਾਦੀਆਂ ਜਿਵੇਂ ਰਣਜੀਤ ਸਿੰਘ ਦੇ ਰਾਜ ਵਿੱਚ ਹੋਈਆਂ ਨਾ, ਮਿਸਲਾਂ ਵਾਲੇ ਕਰਦੇ ਰਹੇ ਜਾਂ ਉਹ ਆਪ ਕਰਦਾ ਰਿਹਾ, ਅਤੇ ਇਹਨਾਂ ਨੇ ਵੀ ਆਪਣੇ ਰਾਜਕਾਲ ਦੇ ਵਿੱਚ ਬਾਦਲਾਂ ਦੀ ਗੱਲ ਕਰ ਰਿਹਾ, ਕਿਸੇ ਗਰੀਬ ਦੀ ਗੱਲ ਨਹੀਂ ਕੀਤੀ, ਲੰਬਾ ਨਹੀਂ ਸੋਚਿਆ। ਅਤੇ ਹੁਣ ਮੈਂ ਗੱਲ ਕਰਦਾ ਮੁਕੇਸ਼ ਅੰਬਾਨੀ ਦੇ ਮੁੰਡੇ ਦੀ ਮੈਰਿਜ ਵਿਆਹ ਦੀ ਗੱਲ। ਸਭ ਨੂੰ ਪਤਾ ਹਜ਼ਾਰਾਂ ਕਰੋੜ ਰੁਪਇਆ ਲਾਤਾ ਉਹਨਾਂ ਨੇ, ਹਲੇ ਹੋਰ ਲੱਗੂਗਾ। ਪਰ ਇਹ ਦੱਸੋ ਵੀ ਕਿਹੜੇ ਗਰੀਬ ਨੂੰ ਲੁੱਟਿਆ ਉਹਨੇ, ਦੱਸਿਓ ਮਾੜਾ ਜਿਹਾ ਕਿਹਦੇ ਨਾਲ ਠੱਗੀ ਮਾਰੀ ਹੈ। ਸਰਕਾਰ ਦੇ ਨਾਲ ਵਪਾਰ ਚੱਲਦਾ ਉਹਦਾ ਚੱਲਦਾ ਰਹੂਗਾ, ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਸਰਕਾਰ ਦੇ ਨਾਲ ਵਪਾਰ ਕਰਦੀਆਂ ਨੇ, ਸਰਕਾਰ ਚੱਲਦੀ ਹੀ ਉਹਨਾਂ ਕੰਪਨੀਆਂ ਦੇ ਸਿਰ 'ਤੇ। ਮੁਕੇਸ਼ ਅੰਬਾਨੀ ਨੂੰ ਪਾਸੇ ਕਰੋ, ਜਿਹੜਾ ਕੋਈ ਹੋਰ ਅਮੀਰ ਬੰਦਾ ਆਉਂਦਾ, ਆਹ ਬਾਦਲਾਂ ਕੋਲ ਬਥੇਰੀ ਲੁੱਟ ਖਸੁੱਟ ਦਾ ਪੈਸਾ ਹੈਗਾ, ਠੀਕ ਹੈ, ਇਹਨਾਂ ਨੂੰ ਅੱਗੇ ਕਰ ਲਓ, ਕਿਸੇ ਹੋਰ ਕੰਪਨੀ ਨੂੰ ਲਿਆਓ। ਜਦੋਂ ਮਹਾਰਾਜੀਤ ਸਿੰਘ ਦਾ ਰਾਜ ਸੀ ਉਦੋਂ ਕਿਤੇ ਵਿਦੇਸ਼ੀ ਕੰਪਨੀਆਂ ਇੱਥੇ ਹੈ ਨਹੀਂ ਸੀ, ਅੰਗਰੇਜ਼ਾਂ ਦੇ ਰਾਜ ਵਿੱਚ ਕਿਤੇ ਵਿਦੇਸ਼ੀ ਕੰਪਨੀਆਂ ਹੈ ਨਹੀਂ ਸੀ, ਉਦੋਂ ਵੀ ਸੀ ਅੱਜ ਵੀ ਹੈ। ਸਵਾਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਇਹ 'ਚ ਕੋਈ ਸ਼ੱਕ ਨਹੀਂ, 40 ਸਾਲ ਉਹਨੇ ਰਾਜ ਕੀਤਾ, ਪਰ ਜਿਹੜਾ ਬਿਜ਼ਨਸ ਅੰਬਾਨੀਆਂ ਨੇ ਬਣਾਇਆ ਹੋਇਆ ਨਾ, ਉੱਡਾ ਬਿਜ਼ਨਸ ਮਹਾਰਾਜੀਤ ਸਿੰਘ ਬਣਾ ਨਹੀਂ ਸਕਿਆ। ਠੀਕ ਹੈ, ਸਾਡੇ ਵਿਦਵਾਨ ਇਹਨੂੰ ਸਵਾਦਲਾ ਬਣਾ ਕੇ ਟਵਿਸਟ ਪਾ ਪਾ ਕੇ ਪੇਸ਼ ਕਰੀ ਜਾਣ ਲੋਕਾਂ ਦੇ ਸਾਹਮਣੇ, ਕਰੀ ਚੱਲੋ। ਇੱਕ ਹੋਰ ਵੀਡੀਓ ਵਾਇਰਲ ਹੁੰਦੀ ਹੈ, ਦੋ ਸਿੱਖ ਨੌਜਵਾਨ ਨੇ ਉਹ ਅੰਬਾਨੀਆਂ ਦੇ ਵਿਆਹ ਵਿੱਚ ਗੇਟ 'ਤੇ ਖੜ੍ਹੇ ਨੇ ਮਹਿਮਾਨ ਨਿਵਾਜੀ ਦੇ ਲਈ, ਕਹਿੰਦੇ ਜੀ ਦੇਖੋ ਗੁਲਾਮ ਹੈ ਸਿੱਖ ਕੌਮ, ਸਿੱਖ ਖੜ੍ਹੇ ਨੇ ਪੱਗਾਂ ਵਾਲੇ। ਉਹਨਾਂ ਦਾ ਪੈਕੇਜ ਪਤਾ ਕਿੰਨੇ ਦਾ, ਇੱਕ ਸਾਲ ਦਾ 50 ਲੱਖ ਰੁਪਈਆ, ਕਿਹਦਾ 60 ਲੱਖ ਰੁਪਈਆ, 5 ਲੱਖ ਰੁਪਈਆ ਤਨਖਾਹ ਹੈ ਅਗਲੇ ਦੀ। ਅੰਬਾਨੀਆਂ ਦੇ ਜਿੰਨੇ ਵੀ ਵਰਕਰ ਕੰਮ ਕਰਦੇ ਨੇ 50,000 ਤੋਂ ਤਨਖਾਹ ਸ਼ੁਰੂ ਹੈ ਉਹਨਾਂ ਦੀ, ਸਮਝੋ ਇਸ ਗੱਲ ਨੂੰ। ਜਿੰਨਾ ਮਰਜ਼ੀ ਕੁਫਰ ਧੋਲੀ ਚੱਲੋ, ਮਹਾਰਾਜੀਤ ਸਿੰਘ ਦਾ ਜਿਹੜਾ ਰਾਜ ਸੀ ਉਹਦਾ ਪਤਨ ਵੀ ਆਜ਼ਾਦੀਆਂ ਕਾਰਨ ਹੋਇਆ, ਬਾਦਲਾਂ ਦਾ ਰਾਜ ਵੀ ਆਜ਼ਾਦੀਆਂ ਕਾਰਨ ਹੋਇਆ। ਲੰਬੀ ਸੋਚ ਇਹਨਾਂ ਕੋਲ ਹੈ ਨਹੀਂ ਸੀ ਅਤੇ ਨਾ ਹੀ ਇਹ ਸੋਚ ਸਕਦੇ। ਅੰਗਰੇਜ਼ 101 ਸਾਲ ਰਾਜ ਕਰਕੇ ਗਏ ਨੇ, ਅੜੀਆਂ ਰੇਲਵੇ ਲਾਈਨਾਂ, ਬੈਂਕਾਂ, ਆਹ ਚੰਡੀਗੜ੍ਹ ਦੇ ਜਿਹੜੇ ਵੱਡੇ ਸੀਵਰੇਜ ਡਾਕਖਾਨੇ ਬਣੇ ਨੇ ਨਾ, ਇਹ ਸਭ ਅੰਗਰੇਜ਼ਾਂ ਵੇਲੇ ਬਣੇ ਨੇ। ਸਾਡਿਆਂ ਨੇ ਨਹੀਂ ਕੁਛ ਕੀਤਾ, ਸਾਡੇ ਤਾਂ ਲੁੱਟਾਂ ਖਸੁੱਟਾਂ ਕੀਤੀਆਂ। ਸਾਡੇ ਤਾਂ ਜਿਹੜੀਆਂ ਸਿੱਖ ਕੌਮ ਦੀਆਂ ਇਮਾਰਤਾਂ ਸੀ ਉਹ ਨਹੀਂ ਸੰਭਾਲ ਸਕੇ। ਆਹ ਕਾਰ ਸੇਵਾ ਵਾਲੇ ਆਏ, ਚਿੱਟੀ ਸੌਂਕ ਜਿਹਨਾਂ ਨੂੰ ਕਹਿੰਦੇ ਹਾਂ, ਇਹਨੇ ਸਾਰੀਆਂ ਇਮਾਰਤਾਂ ਢਾਹ ਕੇ ਨਵੀਆਂ ਬਣਾ ਦਿੱਤੀਆਂ, ਇਹਨਾਂ ਦਾ ਨਾਮੋ ਨਿਸ਼ਾਨ ਖਤਮ ਕਰਤਾ।
ਠੀਕ ਹੈ। ਅਵਾਨੀਆਂ ਨੇ ਰੁਜ਼ਗਾਰ ਦਿੱਤਾ ਹੈ। ਅੱਜ ਸਾਡੀਆਂ ਜੀ ਸਿੱਖ ਜਥੇਬੰਦੀਆਂ ਵਾਲੇ ਵਿਰੋਧ ਨਾ ਕਰਦੇ। ਪੰਜਾਬ ਦੇ ਵਿੱਚ ਐਡੇ ਐਡੇ ਪ੍ਰੋਜੈਕਟ ਲੱਗਣੇ ਸੀ, 20,000 ਕਰੋੜ ਦਾ ਤੇਲ ਇਕੱਲੇ ਪੰਜਾਬ ਨੇ ਮਚਾਇਆ ਕਿਸਾਨੀ ਅੰਦੋਲਨ ਦੇ ਵਿੱਚ। 20,000 ਕਰੋੜ ਦਾ ਤੁਸੀਂ ਕਿੱਡਾ ਮਰਜ਼ੀ ਪ੍ਰੋਜੈਕਟ ਪੰਜਾਬ ਦੇ ਵਿੱਚ ਲਾ ਸਕਦੇ ਸੀ, ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਸੀ, ਪਰ ਸਾਡੀ ਅਕਲ ਪੱਠੇ ਚਰਨ ਘਾਹ ਚਰਨ ਚੱਲੀ ਜਾਂਦੀ ਜਦੋਂ ਕੋਈ ਚੱਜ ਦੀ ਗੱਲ ਕਰਦਾ ਇਹ ਸੁਣਦੇ ਨਹੀਂ। ਇੱਕੋੜਾ ਸੱਚ ਹੈ, ਕਰੀ ਚਲੋ ਤੁਲਣਾ। ਮੈਂ ਇੱਕ ਠੋਕ ਕੇ ਪਹਿਲਾਂ ਵੀ ਕਿਹਾ, ਹੁਣ ਵੀ ਕਹਿੰਦਾ, ਅਸੀਂ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ। ਚੜ੍ਹਦੀ ਕਲਾ ਬਸ ਇਹ ਕਹਿਣਾ ਜਾਣਦੇ ਹਾਂ, ਢਹਿੰਦੀ ਕਲਾ ਕਿਵੇਂ ਹੋਈ ਇਹ ਅਸੀਂ ਕਦੇ ਦੇਖਿਆ ਹੀ ਨਹੀਂ। ਇਹ ਸਾਨੂੰ ਦੇਖਣਾ ਪੈਣਾ, ਸਮਝਣਾ ਪੈਣਾ। ਬਸ ਰਾਜ ਕਰਨਾ ਜੀ, ਪੰਜਾਬ ਨੂੰ ਆਜ਼ਾਦ ਕਰਾਉਣਾ ਜੀ, ਫੁਕਰੀਆਂ ਮਾਰ ਮਾਰ ਕੇ। ਮੁਕੇਸ਼ ਅੰਬਾਨੀ ਦਾ ਕਿੰਨੇ ਮੁਲਕਾਂ ਦੇ ਵਿੱਚ ਬਿਜ਼ਨਸ ਚੱਲਦਾ ਕਦੇ ਸੋਚਿਆ? ਜਿਹੜੇ ਮੁੰਡੇ ਦਾ ਵਿਆਹ ਹੋਇਆ ਸਾਰੇ ਬਿਜ਼ਨਸ ਨੂੰ ਉਹ ਹੈਂਡਲ ਕਰਦਾ, 1 ਘੰਟੇ ਦੀ ਕਮਾਈ ਕਰੋੜਾਂ ਦੀ ਹੈ ਉਹਨਾਂ ਦੀ। ਸਮਝ ਗਏ ਇਸ ਗੱਲ ਨੂੰ? ਅਸੀਂ ਫੇਸਬੁੱਕ 'ਤੇ ਬਹਿ ਕੇ ਤੁਲਨਾ ਕਰਨੀ ਹੈ ਜੀ, ਨਹੀਂ ਜੀ 50 ਲੱਖ ਦਾ ਇਕੱਠ ਸੀ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਵਿੱਚ, 60 ਮੁਲਕਾਂ ਦੇ ਲੋਕ ਆਏ ਸੀ, ਹੀਰਿਆਂ ਨਾਲ ਜੜਿਆ ਹੋਇਆ ਸਿਹਰਾ ਮਹਾਰਾਜੇ ਨੇ ਮਹਾਰਾਜੇ ਨੂੰ ਭੇਟ ਕਰ ਦਿੱਤਾ, 17 ਲੱਖ ਲਾਇਆ ਸੀ ਸ਼ਾਮ ਸਿੰਘ ਅਟਾਰੀ ਵਾਲੇ ਨੇ, 2 ਕਰੋੜ ਦੀਆਂ ਮੋਹਰਾਂ ਸੀ ਮਹਾਰਾਜੀ ਸਿੰਘ ਦੀਆਂ, ਪੌਂਡਾਂ ਦੇ ਨਾਲ ਤੁਲਨਾ ਕਰੀ ਜਾਂਦੇ ਆ। ਉਹ ਭਰਾਵੋ, ਆਪਣੀਆਂ ਗਲਤੀਆਂ ਤੋਂ ਸਬਕ ਲਓ, ਜੇ ਕੁਝ ਦੁਨੀਆਂ ਦੇ ਵਿੱਚ ਬਣਨਾ, ਜੇ ਸਮਝ ਲੈਣੀ ਹੈ, ਆਪਣੀਆਂ ਗਲਤੀਆਂ 'ਤੇ ਪੜਦੇ ਨਾ ਪਾਓ। ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਬਹੁਤ ਵੱਡੇ ਵੱਡੇ ਗਪੌੜ ਮਾਰੇ ਹੋਏ ਆ ਸਾਨੂੰ ਗੁੰਮਰਾਹ ਕਰਨ ਵਾਸਤੇ। ਅਕਲ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।